ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਕਿ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ, ਬੜੀ ਚਾਹਤ ਦੇ ਨਾਲ ਵੇਖਦੇ ਨੇ ਅਤੇ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰਦੇ ਨੇ, ਅਤੇ ਨਾਲ ਜਨਾਬ ਸਬਸਕ੍ਰਾਈਬ ਵੀ ਕਰਦੇ ਨੇ। ਸ਼ੁਰੂ ਤੋਂ ਲੈ ਕੇ ਐਂਡ ਤੱਕ ਜਨਾਬ ਵੀਡੀਓ ਦੇਖਣੀ ਹੈ ਤਾਂ ਕਿ ਤੁਹਾਨੂੰ ਗੱਲ ਦੀ ਸਮਝ ਆ ਸਕੇ, ਅਤੇ ਮੇਰੇ ਜਨਾਬ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਉਸ ਵੀਡੀਓ ਦਾ ਜਨਾਬ ਮੈਸੇਜ ਪਹੁੰਚ ਸਕੇ ਅਤੇ ਤੁਸੀਂ ਜਨਾਬ ਸਭ ਤੋਂ ਪਹਿਲੇ ਉਹ ਵੀਡੀਓ ਵੇਖ ਸਕੋ। ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਜਨਾਬ, ਦੋ ਗਾਵਾਂ ਦੀ। ਇਹ ਜਨਾਬ ਦੂਸਰਾ ਸਵਾਸ ਹੋਈਆਂ ਦੋਨੋਂ। ਬਾਕੀ ਗੱਲਾਂ ਬਾਤਾਂ ਸਾਰੀਆਂ ਮੈਂ ਕਰਾਂਗਾ ਮਾਲਕ ਨਾਲ, ਇਹ ਬਾਕੀ ਡਿਟੇਲ ਪੁੱਛਣੇ ਆ ਸਾਰੀ ਮਾਲਕ ਕੋਲੋਂ। ਨਸਲ ਜ਼ਾਤ ਤੁਹਾਡੇ ਸਾਹਮਣੇ ਜਨਾਬ, ਮਾਲਕ ਨੂੰ ਵੀ ਪੁੱਛਾਂਗੇ ਨਸਲ ਜ਼ਾਤ, ਦੁੱਧ ਮਾਲਕ ਨੂੰ ਪੁੱਛਾਂਗੇ, ਨਸਲ ਪੁੱਛਾਂਗੇ, ਸੁਬਾਹ ਪੁੱਛਾਂਗੇ ਕਿੰਨਵਾਂ ਸੁਬਾਹ ਹੈ। ਇਹ ਗੱਲਾਂ ਦੋ ਚਾਰ ਜਿਹੜੀਆਂ ਨੇ ਇਹ ਮਾਲਕ ਨਾਲ ਕਰਾਂਗਾ ਮੈਂ। ਨੰਬਰ ਮੇਰਾ 0304-79-7776, ਇਹੋ ਮੇਰਾ ਵਟਸਐਪ ਨੰਬਰ ਹੈ, ਇਹੋ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਹਰ ਵੀਡੀਓ ਦੇ ਨਾਲ ਜਨਾਬ ਮੇਰਾ ਨੰਬਰ ਲੱਗਾ ਹੁੰਦਾ। ਵੀਡੀਓ ਦੋਸਤੋ ਸ਼ੁਰੂ ਤੋਂ ਲੈ ਕੇ ਆਖਰ ਤੱਕ ਦੇਖਣੀ ਹੈ ਤਾਂ ਕਿ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ। ਕੈਮਰਾਮੈਨ ਸਾਹਿਬ, ਸਲੀਆਂ ਕਰਾਓ ਇਸ ਗਾਵਾਂ ਦੀਆਂ। ਇਹ ਬੜੇ ਮਕੂਲ ਮੁੱਲਾਂ ਦੀਆਂ ਗਾਵਾਂ ਨੇ ਜਨਾਬ, ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਕਿਸ ਦੋਸਤ ਨੇ ਗਾਵਾਂ ਲੈਣੀਆਂ ਹੋਣ ਮੇਰੇ ਨਾਲ ਜਨਾਬ, ਤੁਸੀਂ ਨੰਬਰ 'ਤੇ ਕਰਨੀ ਕਾਲ, ਅਤੇ ਮੈਂ ਜਨਾਬ ਗਾਵਾਂ ਦੋਵੇਂ ਰੋਕ ਲਵਾਂਗਾ। ਇੱਕ ਦੇ ਜਨਾਬ ਸਿੰਘ ਹੈਗੇ ਨੇ, ਗਾਂ ਨੰਬਰ 1 ਦੇ ਸਿੰਘ ਕੋਈ ਨਹੀਂ ਜਨਾਬ, ਅਤੇ 2 ਨੰਬਰ ਵਾਲੀ ਗਾਂ ਦੇ ਸਿੰਘ ਹੈਗੇ ਨੇ। ਇਹ ਜੀ ਫੜਿਆ ਜੀ ਮਾੜਾ ਜਿਹਾ ਮਾਣਾ, ਮੈਨੂੰ ਚੈੱਕ ਕਰਵਾ ਲਈਏ ਥੋੜ੍ਹਾ ਜਿਹਾ ਨਾ ਅੱਗੋਂ ਵੇਖਿਆ ਇੱਥੋਂ ਫੜਾ ਪਿੱਛੇ ਪਾ ਲਓ ਜਾਰੀ ਬੜੀ, ਕੋਈ ਨਹੀਂ ਡਰਦਾ ਹੀ ਹੁੰਦਾ ਜਾਣਾ। ਕਈ ਮੇਰੇ ਭਾਈਆਂ ਨੇ ਥਣ ਚੜਿਆ, ਤੁਸੀਂ ਵਿਖਾਉਂਦੇ ਨਹੀਂ ਤਾਂ ਫਿਰ ਕਿਵੇਂ ਸਾਨੂੰ ਕਿਵੇਂ ਤਸੱਲੀ ਹੋਵੇਗੀ? ਥਣ ਚੜੇ ਦੀਆਂ ਤਸੱਲੀਆਂ ਕਰਵਾ ਦਿਓ ਮਾੜਾ ਜਿਹਾ ਵਾਲੀ, ਛੱਡ ਦਿਓ ਬਸ, ਠੀਕ ਛੱਡ ਦਿਓ ਛੱਡ ਦਿਓ ਥਣ ਚੜਿਆ ਯਾਰ ਵਿਖਾ ਸਕਦੇ ਡਰਦੀ ਬਹੁਤ ਯਾਰ, ਡਰਨਾ ਤਾਂ ਪਸੰਦ ਹੁੰਦਾ ਹੀ ਹੈ ਕਰਮਾਂ ਵਾਲੀ, ਪਿੱਛੇ ਜਾ ਕੇ ਵਿਖਾਵੀ ਨਹੀਂ ਤਾਂ ਥਣ ਚੜਿਆ, ਡਰਦਾ ਤਾਂ ਜਾਨਵਰ ਹੁੰਦਾ ਹੀ ਹੈ। ਜਾਨਵਰ ਪਸੰਦ ਮੇਰੇ ਨਾਲ ਵੀ ਕਰਨ ਲੱਗੇ, ਇਹ ਜੀ ਡਰ ਰਹੀ ਹੈ ਬਸ ਠੀਕ ਹੈ ਜਨਾਬ। ਵੈਡ ਨੰਬਰ 2 1 ਇਸ ਤੋਂ ਬਾਅਦ ਵੈਡ ਨੰਬਰ 3 ਤੁਹਾਨੂੰ 2 ਦੱਸਾਂਗੇ, ਵੈਡ ਨੰਬਰ 2 ਵਿਖਾਓ ਕੈਮਰਾਮੈਨ ਸਾਹਿਬ, ਇਹ ਵੀ ਡਰ ਰਹੀ ਹੈ। ਕੋਈ ਗੱਲ ਨਹੀਂ ਕੋਈ ਨਹੀਂ, ਮਾਲਕ ਉਹ ਪੁੱਛਾਂਗੇ ਨਸਲ ਜ਼ਾਤ ਇਹਨਾਂ ਦੀ, ਉਹ ਕਰਮਾਂ ਵਾਲੀ ਉਹ ਮੂੰਹ ਸਿੰਘ ਮੱਥਾ ਥਣ ਚੜਿਆ ਲਾਜ਼ਮੀ ਵਿਖਾਣਾ, ਕਿਉਂਕਿ ਥਣ ਚੜਿਆ ਵਿਖਾਇਆ ਤਾਂ ਫਿਰ ਤਸੱਲੀ ਨਹੀਂ ਹੁੰਦੀ। ਸ਼ਾਹ ਕਾਲਾ ਥਾਣੇ ਜਨਾਬ 2 ਨੰਬਰ ਵੈਰ ਦਾ ਛੱਡ ਦੇ ਦੋਵੇਂ ਜਨਾਬ, ਇੱਕੋ ਖੁਰਲੀ ਦੇ ਮਾਲਕ ਨੇ ਵਧੀਆ ਨੇ ਤੇ ਇੱਕੋ ਬੰਦੇ ਕੋਲ ਦੋਨੇ ਖੜੀਆਂ ਨੇ।
ਚਲੋ ਆਓ ਹਾਂਜੀ ਇੱਧਰ ਮੇਰੇ ਕੋਲ ਆਓ। ਅੱਛਾ ਅਸਲਾਮ ਵਾਲੇਕਮ ਜੀ, ਕੀ ਹਾਲ ਹੈ ਜਨਾਬ? ਥੋੜ੍ਹਾ ਅੱਜ ਉੱਚੀ ਬੋਲਣਾ। ਹਾਂਜੀ ਹਾਂਜੀ। ਅੱਛਾ ਵਾਰਡ ਨੰਬਰ ਜਿਹੜੀ ਆਪਾਂ ਇੱਕ ਵਿਖਾਈਏ, ਸਭ ਤੋਂ ਪਹਿਲੇ ਇਹ ਦੱਸਣਾ ਕਿ ਸੁਬਾਹ ਕਿੰਨਾ ਸੋਈ? ਇਹ ਦੂਜਾ ਹੋਣਾ। ਅੱਛਾ ਦੂਜਾ ਸੁਬਾਹ ਸੋਈ, ਠੀਕ ਹੋ ਗਿਆ। ਇਹ ਬਾਕੜੀ ਇਹ ਕੀ ਕਹਾਵਤ ਆ? ਇਹ ਬੱਚਾ ਮਰਿਆ ਕਿੰਨੀ ਦੇਰ ਦਾ? ਦੋ ਕੁ ਮਹੀਨਿਆਂ ਦਾ ਸੀ। ਪੱਕੀ ਗੱਲ ਹੋਣੀ ਚਾਹੀਦੀ? ਪੱਕੀ ਗੱਲ। ਦੋ ਮਹੀਨਿਆਂ ਦਾ? ਹਾਂ। ਨਸਲ ਕਿਹੜੀ? ਨਸਲ ਇਹ ਹੈਗੀ ਆ ਚੋਲਸਤਾਨੀ ਅਤੇ ਦੂਸਰੀ ਕ੍ਰਾਸ ਹੈ ਵਲੈਤੀ ਜੀ ਦੀ ਵਿੱਚ ਰਾਗ। ਅੱਛਾ ਵਲੈਤੀ ਦੀ ਰਾਗ ਹੈ, ਚੋਲਸਤਾਨੀ ਅਤੇ ਵਲੈਤੀ। ਵਲੈਤੀ ਦੁੱਧ ਓਨਾ ਹੀ ਦੱਸਣਾ ਜਿੰਨਾ ਹੋਵੇ, ਦੁੱਧ ਜ਼ਿਆਦਾ ਨਹੀਂ ਦੱਸਣਾ ਬਲਕਿ ਕਿਲੋ ਘੱਟ ਦੱਸਣਾ। ਕਿੰਨਾ ਦੁੱਧ ਦਿੰਦੇ ਥੱਲੇ? ਪੱਕਾ ਹੁਣ 7 ਕਿਲੋ, 7.5 ਕਿਲੋ, 8 ਤਾਂ ਪੱਕਾ ਹੀ ਹੈ। ਤੁਸੀਂ 7 ਹੀ ਲਾਓ? 7 ਹੀ ਪੱਕਾ। ਦੋਨਾਂ ਟਾਈਮਾਂ ਦਾ 7 ਕਿਲੋ ਚੁਆ ਕੇ ਦਿਓਗੇ? ਚੁਆ ਕੇ ਦਿਓ। ਪਹਾੜੇ 'ਤੇ ਚੁਆਉਂਦੇ ਹੋ? ਪਹਾੜੇ 'ਤੇ ਵੀ ਚੁਆਉਂਦੇ ਪਹਿਲਾਂ। ਅੱਛਾ ਪਹਾੜੇ 'ਤੇ ਚੁਆਉਂਦੇ ਹੋ, ਠੀਕ ਹੋ ਗਿਆ। ਅਤੇ ਵੈਰ ਨੰਬਰ ਜਿਹੜੀ 2 ਹੈ ਉਹ ਕਿੰਨਾ ਸੂਆ? ਉਹ ਦੂਜਾ। ਉਹ ਵੀ ਦੂਸਰਾ ਸੂਆ ਹੈ? ਅੱਛਾ ਉਹ ਨਸਲ ਦਾਤ ਕਿਹੜੀ? ਉਹ ਵਲੈਤੀ ਅਤੇ ਸਾਹੀਵਾਲ ਕ੍ਰਾਸ। ਵਲੈਤੀ ਅਤੇ ਸਾਹੀਵਾਲ ਕ੍ਰਾਸ, ਠੀਕ ਹੋ ਗਿਆ। ਉਹ ਦੁੱਧ ਕਿੰਨਾ ਦਿੰਦੀ ਵੀ? ਉਹ 5 ਕਿਲੋ। ਉਹ ਕਿਸ ਬਾਲ ਹੈ ਬਾਖੜੀ ਹੈ, ਕੀ ਹਿਸਾਬ ਕਿਤਾਬ? ਉਹ ਮਹੀਨੇ ਦੀ ਬਣੀ ਆ। ਅੱਛਾ ਮਹੀਨੇ ਦੀ ਗੱਭਣ ਹੋਈ? ਮਹੀਨੇ ਤੋਂ ਉੱਤੇ ਹੀ ਆ। ਲੇਕਿਨ ਤੁਸੀਂ ਖਾਲੀ ਦਿਓਗੇ? ਖਾਲੀ ਦੇਣੀ, ਕਿਉਂਕਿ ਮਹੀਨੇ ਦੀ ਗਰੰਟੀ ਨਹੀਂ ਹੁੰਦੀ? ਨਹੀਂ ਹੁੰਦੀ। ਆ ਉਹ ਤਾਂ ਐਵੇਂ ਗੱਲ ਹੀ ਦੋਸਤਾਂ ਦੇ ਨੇ। ਅੱਛਾ 5 ਲੀਟਰ ਦੁੱਧ ਦੋਨਾਂ ਟਾਈਮਾਂ ਦਾ? ਦੋਨਾਂ। ਪਹਾੜੇ 'ਤੇ? ਪਹਾੜੇ 'ਤੇ, ਠੀਕ ਹੋ ਗਿਆ। ਇੱਕ ਮਹੀਨੇ ਦੀ ਬਣੀ? ਇੱਕ ਮਹੀਨੇ ਦੀ ਬਣੀ, ਠੀਕ ਹੋ ਗਿਆ। ਉਹ ਨਸਲ ਸਾਹੀਵਾਲ ਅਤੇ ਵਲੈਤੀ ਕ੍ਰਾਸ? ਕ੍ਰਾਸ। ਥਣਾ ਥੁਣਾ ਦੀ ਸਾਫ? ਸਾਫ। ਕਿਸੇ ਥਾਂ 'ਚ ਕੋਈ ਛੱਟਾ ਪੁਆਰਾ? ਨਾ ਕੋਈ। ਕੋਈ ਥਾਂ ਘੱਟਦਾ ਵੱਧਦਾ? ਨਹੀਂ, ਪੂਰਾ ਪੂਰਾ। ਗਰੰਟੀ ਤੁਹਾਡੀ? ਗਰੰਟੀ, ਠੀਕ ਹੋ ਗਿਆ। ਇਹ ਜਨਾਬ ਪਿਆਰ ਮੈਂ ਬਤਾਲਿਆਂ ਦਾ ਮੁੱਲ ਦੱਸਣਾ, ਜੋੜੇ ਦਾ ਹੀ ਮੁੱਲ ਦੱਸਣਾ ਤੁਸੀਂ। ਹੋ ਸਕਦਾ ਮੇਰਾ ਕੋਈ ਦੋਸਤ ਦੇ ਜੋੜਾ ਹੀ ਪਸੰਦ ਆ ਜਾਵੇ ਅਤੇ ਆਪਾਂ ਜੋੜਾ ਹੀ ਕਿਸੇ ਨੂੰ ਦੇ ਦਈਏ, ਮੇਰੇ ਭਰਾ ਦੇ ਕਿਸੇ ਪਸੰਦ ਆ ਜਾਵੇ। ਦੋਵਾਂ ਦਾ ਪਿਆਰ ਮੈਂ ਬਤਾਲਿਆਂ ਮੁੱਲ ਕੀ? ਮੁੱਲ ਦਾ 2 ਲੱਖ। 2 ਲੱਖ ਰੁਪਈਆ? ਹਾਂ ਤੁਸੀਂ ਕਰ ਲਿਆ ਜਾਵੇ। ਅੱਛਾ ਪਿਆਰ ਮੈਂ ਸਾਡੇ ਨਾਲ ਕਰ ਲਓਗੇ? ਕਰ ਲਾਂਗੇ। ਦੋਸਤ ਕਹਿੰਦਾ ਜੀ 2 ਲੱਖ ਰੁਪਈਆ ਮੈਂ ਮੁੱਲ ਮੰਗਣਾ, ਵਿੱਚ ਪਿਆਰ ਮੁਹੱਬਤ ਹੋ ਜਾਏਗਾ, ਪਿਆਰ ਮੁਹੱਬਤ ਕਰਾਇਆ ਸੀ ਤੁਹਾਨੂੰ ਛੱਡਣਾ ਪਏਗਾ। ਠੀਕ, ਛੱਡ ਦਿਓਗੇ? ਛੱਡ ਦਿਆਂਗੇ। ਚਲੋ ਮਿਹਰਬਾਨੀ, ਛੱਡ ਦਿਆ ਜੇ। ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਮਾਸ਼ਾਅੱਲਾ, ਔਰ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ ਇਨਸ਼ਾਅੱਲਾ। ਇਹ ਵਾਰਡ ਨੰਬਰ 1 ਹੈ ਜੋ ਦੋਸਤੋ, ਇਹ 2 ਮਹੀਨਿਆਂ ਦੀ ਸੂਈ ਹੈ, ਇਹਦਾ ਬੱਚਾ ਮਰ ਗਿਆ ਸੀ।